ਅਕਾਲ ਪੰਜਾਬ ਭਾਰਤ ਤੇ ਯੂਕੇ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ daily.com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਅਨੁਜਾ ਕਸ਼ਯਪ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਹਨ। ਪੰਜਾਬ ਵਿੱਚ ਬੀਜੇਪੀ ਪ੍ਰੈਜ਼ੀਡੈਂਟ ਅਮਿਤ ਸ਼ਾਹ ਨੇ SED ਲੀਡਰ ਤੋਂ ਮੁਲਾਕਾਤ ਕੀਤੀ ਅਤੇ ਸਰਕਾਰ ਨੇ ਸ਼ਿਲੌਂਗ ਵਿੱਚ ਪੰਜਾਬੀ ਸੈਟਲਰਸ ਨੂੰ ਮੁਆਵਜ਼ੇ ਦੀ ਘੋਸ਼ਣਾ ਕੀਤੀ। ਭਾਰਤ ਵਿੱਚ PM ਮੋਦੀ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਤੋਂ ਮੁਲਾਕਾਤ ਕਰਨਗੇ ਅਤੇ ਨਾਰਥ ਈਸਟਰਨ ਲੋਕਾਂ ਵੱਲੋਂ ਸਾਹਮਣਾ ਕੀਤੇ ਜਾਣ ਵਾਲੇ ਰੇਸ਼ਲ ਭੇਦਭਾਵ ਦੀ ਜਾਂਚ ਦੇ ਲਈ ਸੈਂਟਰ ਨੇ ਇੱਕ ਪੈਨਲ ਸੈੱਟ ਕੀਤਾ ਹੈ। ਯੂਕੇ ਵਿੱਚ PM ਥੈਰੇਸਾ ਮੇ ਨੇ ਆਇਰਲੈਂਡ ਸੀਮਾ ਤੇ ਸਮਝੌਤਾ ਕੀਤਾ ਹੈ ਅਤੇ ਇੱਕ ਆਦਮੀ ਨੂੰ ਮਸਜਿਦ ਅਤੇ ਗੁਰਦੁਆਰੇ ਵਿੱਚ ਅੱਗ ਲਗਾਉਣ ਵਾਲੇ ਹਮਲਿਆਂ ਤੇ ਗ੍ਰਿਫਤਾਰ ਕੀਤਾ ਗਿਆ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ, ਭਾਰਤ ਤੇ ਯੂਕੇ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੱਲ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਬੀਜੇਪੀ ਪ੍ਰੈਜ਼ੀਡੈਂਟ ਅਮਿਤ ਸ਼ਾਹ ਨੇ 2019 ਵਿੱਚ ਆਉਣ ਵਾਲੇ ਲੋਕ ਸਭਾ ਚੋਣਾਵਾਂ ਦੀ ਰਣਨੀਤੀ ਤੇ ਚਰਚਾ ਕਰਨ ਦੇ ਲਈ ਚੰਡੀਗੜ੍ਹ ਵਿੱਚ SED ਲੀਡਰਸ ਤੋਂ ਮੁਲਾਕਾਤ ਕੀਤੀ ਸੀ। SED ਪ੍ਰੈਜ਼ੀਡੈਂਟ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਬੀਜੇਪੀ ਦੇ ਪਰਮਾਨੈਂਟ ਸਹਿਯੋਗੀ ਹਨ। ਬਾਦਲ ਨੇ ਹੋਰ ਅਲਾਇੰਸ ਸਹਿਯੋਗੀਆਂ ਤੋਂ ਵੀ ਲੋਕ ਸਭਾ ਚੋਣਾਵ ਤੋਂ ਪਹਿਲੇ ਖੜੇ ਹੋਣ ਦੀ ਬੇਨਤੀ ਕੀਤੀ। CM ਕੈਪਟਨ ਅਮਰਿੰਦਰ ਸਿੰਘ ਨੇ ਘੋਸ਼ਣਾ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਪੰਜਾਬੀ ਸੈਟਰ ਵੱਲੋਂ ਨੂੰ ਮੁਆਵਜ਼ੇ ਮੁਹੱਈਆ ਕਰਾਏਗੀ ਜਿਨ੍ਹਾਂ ਦੀ ਦੁਕਾਨਾਂ ਨੂੰ ਸ਼ਿਲੌਂਗ ਵਿੱਚ ਹਾਲ ਹੀ ਦੀ ਹਿੰਸਾ ਦੇ ਦੌਰਾਨ ਰੋਕ ਦਿੱਤਾ ਗਿਆ ਸੀ। ਰਾਜ ਸਰਕਾਰ ਇੱਕ ਅੰਡਰ ਕੰਸਟਰਕਸ਼ਨ ਕਮਿਊਨਿਟੀ ਸੰਚਾਲਿਤ ਸਕੂਲ ਪੂਰਾ ਕਰਨ ਵਿੱਚ ਬਸਨ ਵੱਲੋਂ ਦੀ ਵੀ ਸਹਾਇਤਾ ਕਰੇਗੀ। ਪਠਾਨਕੋਟ ਡਿਸਟ੍ਰਿਕਟ ਅਤੇ ਸੈਸ਼ਨ ਕੋਰਟ ਨੇ ਕਠੂਆ ਰੇਪ ਅਤੇ ਕਤਲ ਦੇ ਮਾਮਲੇ ਵਿੱਚ 8 ਆਰੋਪੀਆਂ ਵਿੱਚੋਂ 7 ਦੇ ਖਿਲਾਫ ਆਰੋਪ ਲਗਾਏ ਹਨ। ਮਾਮਲੇ ਵਿੱਚ 8ਵਾਂ ਆਰੋਪੀ ਇੱਕ ਨੌਜਵਾਨ ਹੈ। ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਇੱਕ 8 ਸਾਲ ਦੀ ਕੁੜੀ ਦੇ ਨਾਲ ਬਲਾਤਕਾਰ ਕੀਤਾ, ਫਿਰ ਉਸਦਾ ਕਤਲ ਕਰ ਦਿੱਤਾ ਗਿਆ, ਜਿਸ ਤੋਂ ਪੂਰੇ ਦੇਸ਼ ਵਿੱਚ ਵੱਡੇ ਪੈਮਾਨੇ ਤੇ ਆਊਟਕ੍ਰਾਈ ਹੋਇਆ। ਹਰਿਆਣਾ ਸਪੈਸ਼ਲ ਟਾਸਕ ਫੋਰਸ ਨੇ ਹੈਦਰਾਬਾਦ ਤੋਂ ਨੋਟੋਰੀਅਸ ਕੰਟਰੈਕਟ ਕਿਲਰ ਸੰਪਤ ਨਹਿਰਾ ਨੂੰ ਫੜ ਲਿਆ ਹੈ। ਨਹਿਰਾ ਜਾਣੇ ਮਾਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਸੰਬੰਧ ਵਿੱਚ ਹੈ। ਨਹਿਰਾ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਪੋਲੀਟਿਕਸ ਵਿੱਚ ਐਕਟਿਵ ਸੀ। ਉਹ ਵਰਤਮਾਨ ਵਿੱਚ ਚੰਡੀਗੜ੍ਹ ਵਿੱਚ ਪੁਲਿਸ ਲਾਈਨਸ ਦੇ ਨਿਵਾਸੀ ਹਨ। ਪੰਚਕੂਲਾ ਅਦਾਲਤ ਨੇ ਡੇਰਾ ਮੁਖ ਦੀ ਗੋਦ ਲਿੱਤੀ ਬੇਟੀ ਹਨੀਪ੍ਰੀਤ ਇਨਸਾਨ ਦੀ ਜ਼ਮਾਨਤ ਦੀ ਯਾਚਿਕਾ ਖਾਰਿਜ ਕਰ ਦਿੱਤੀ ਹੈ। ਉਸਨੇ ਇਸ ਆਧਾਰ ਤੇ ਜ਼ਮਾਨਤ ਮੰਗੀ ਸੀ ਕਿ ਪੁਲਿਸ ਵੱਲੋਂ ਉਸ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਸੀ। ਹਰਿਆਣਾ ਸਰਕਾਰ ਨੇ ਪੰਚਕੂਲਾ ਹਿੰਸਾ ਦੀ ਜਾਂਚ ਦੇ ਲਈ SIT ਬਣਾਈ ਸੀ, ਜਿਸ ਨੇ ਹਨੀਪ੍ਰੀਤ ਦੇ ਖਿਲਾਫ ਸੈਡੀਸ਼ਨ ਦੇ ਆਰੋਪ ਲਗਾਏ ਸੀ। ਕਪੂਰਥਲਾ ਵਿੱਚ ਪਰਮਾਨੈਂਟ ਲੋਕ ਅਦਾਲਤ ਨੇ ਹੈਲਥ ਮਿਨਿਸਟਰ ਬ੍ਰਹਮ ਮੋਹਿੰਦਰਾ ਅਤੇ ਕਈ ਹੋਰ ਲੋਕਾਂ ਨੂੰ ਡਿਊਟੀ ਦੀ ਤਰਫ ਲਾਪਰਵਾਹੀ ਦੇ ਲਈ 10,000 ਰੁਪਏ ਦਾ ਜੁਰਮਾਨਾ ਲਾਇਆ ਹੈ। ਸਿਵਲ ਹਸਪੀਟਲ ਵਿੱਚ ਇਨਫਰਾਸਟ੍ਰਕਚਰ ਦੀ ਕਮੀ ਦੇ ਵਜ੍ਹਾ ਤੋਂ ਮੋਹਿੰਦਰਾ ਅਤੇ ਹੋਰ ਹੈਲਥ ਆਫੀਸਰਸ ਨੂੰ ਮਰੀਜ਼ਾਂ ਅਤੇ ਡਾਕਟਰਾਂ ਦੇ ਹਰਾਸਮੈਂਟ ਦੇ ਆਰੋਪ ਵਿੱਚ ਬੁਲਾਇਆ ਗਿਆ ਸੀ। ਆਮ ਆਦਮੀ ਪਾਰਟੀ ਨੇ 2 ਆਮ ਆਦਮੀ ਪਾਰਟੀ ਲੀਡਰਸ ਦੇ ਵਿੱਚ ਬਾਤਚੀਤ ਦੀ ਆਡੀਓ ਕਲਿੱਪ ਦੀ ਜਾਂਚ ਦੇ ਲਈ 3 ਮੈਂਬਰ ਕਮੇਟੀ ਬਣਾਈ ਹੈ, ਜੋ ਇਸ ਗੱਲ ਤੇ ਚਰਚਾ ਕਰ ਰਹੇ ਹਨ ਕਿ ਸੁਖਪਾਲ ਖਹਿਰਾ ਅਤੇ ਉਹਨਾਂ ਦੇ ਸਮੂਹ ਨੂੰ ਕਿਵੇਂ ਕਮਜ਼ੋਰ ਕੀਤਾ ਜਾ ਸਕਦਾ ਹੈ। ਹਾਲ ਹੀ ਵਿੱਚ ਕਈ ਰਿਪੋਰਟਸ ਨੇ ਦਾਅਵਾ ਕੀਤਾ ਸੀ ਕਿ ਦੋਨੋਂ ਓਪੋਜੀਸ਼ਨਸ ਨੂੰ ਖਤਮ ਕਰਨ ਦੇ ਲਈ ਚਰਚਾ ਕਰ ਰਹੇ ਸੀ। ਇੱਕ ਸਾਥੀ ਦੇ ਨਾਲ ਕੱਢੇ ਗਏ ਕਰਮਚਾਰੀ ਨੇ ਗੁਰੂਗ੍ਰਾਮ ਵਿੱਚ ਮਿਤਸੂਬਿਸ਼ੀ ਦੇ ਹਿਊਮਨ ਰਿਸੋਰਸ ਵਿੰਗ ਹੈਂਡ ਤੇ ਫਾਇਰ ਕਰ ਦਿੱਤੀ ਅਤੇ ਘਾਇਲ ਕਰ ਦਿੱਤਾ। ਇਹ ਘਟਨਾ ਕੁਝ 9 ਵਜੇ ਹੋਈ, ਜਦ ਪੀੜਿਤ ਵਿਨੇਸ਼ ਸ਼ਰਮਾ ਕਾਰ ਵਿੱਚ ਮੈਨੇਸਰ ਵਿੱਚ ਆਪਣੇ ਆਫਿਸ ਜਾ ਰਹੇ ਸੀ। ਉਹਨਾਂ ਨੂੰ ਬੰਦੂਕ ਦੀ 2 ਚੋਟਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੇ ਸਲੂਥਸ ਨੇ 2 ਡਰੱਗ ਪੈਡਲਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ 3.5 ਕਿਲੋ ਓਪੀਅਮ ਜ਼ਬਤ ਕਰ ਲਿਆ ਹੈ। ਪੈਡਲਰ ਦੀ ਪਹਿਚਾਣ ਬਲਦੇਵ ਸਿੰਘ ਅਤੇ ਗੁਰਦੇਸ਼ਵਰ ਸਿੰਘ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਪੁਲਿਸ ਨੇ ਇੱਕ ਇਨਫੋਰਮਰ ਤੋਂ ਟਿਪ ਆਫ ਦੇ ਬਾਅਦ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਵਰਲਡ ਬੈਂਕ ਨੇ ਪਾਣੀ, ਐਗਰੀਕਲਚਰ ਅਤੇ ਬਿਜਲੀ ਤੋਂ ਸੰਬੰਧ ਦੀ ਸਮੱਸਿਆਵਾਂ ਦੇ ਲੰਬੇ ਸਮੇਂ ਦੇ ਸਮਾਧਾਨ ਨੂੰ ਖੋਜਣ ਦੇ ਲਈ ਰਾਜ ਪ੍ਰੋਜੈਕਟਸ ਨੂੰ ਸਪਾਂਸਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਵਰਲਡ ਬੈਂਕ ਕੰਟਰੀ ਡਾਇਰੈਕਟਰ ਜੁਨੈਦ ਅਹਿਮਦ ਨੇ CM ਕੈਪਟਨ ਅਮਰਿੰਦਰ ਸਿੰਘ ਤੋਂ ਮੁਲਾਕਾਤ ਦੇ ਤੁਰੰਤ ਬਾਅਦ ਇਹ ਘੋਸ਼ਣਾ ਕੀਤੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਯੂਕੇ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। PM ਨਰਿੰਦਰ ਮੋਦੀ 9 ਜੂਨ ਨੂੰ ਕਵਿੰਗਦਾਓ ਵਿੱਚ SCO ਸਮਿਟ ਦੇ ਦੌਰਾਨ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਦੇ ਨਾਲ ਬਾਇਲੇਟਰਲ ਬੈਠਕ ਕਰਨਗੇ। ਦੋਨੋਂ ਲੀਡਰਸ ਨੇ ਅਪ੍ਰੈਲ ਵਿੱਚ ਚਾਈਨੀਜ਼ ਸ਼ਹਿਰ ਵੁਹਾਨ ਵਿੱਚ ਇੱਕ ਇਨਫੋਰਮਲ ਸਮਿਟ ਆਯੋਜਿਤ ਕਰਨ ਦੇ 1 ਮਹੀਨੇ ਬਾਅਦ ਬੈਠਕ ਕੀਤੀ। ਸੈਂਟਰ ਨੇ ਨਾਰਥ ਈਸਟਰਨ ਲੋਕਾਂ ਦੇ ਕਥਿਤ ਰੇਸ਼ਲ ਭੇਦਭਾਵ ਤੋਂ ਸੰਬੰਧ ਵਿੱਚ ਸ਼ਿਕਾਇਤਾਂ ਦੀ ਨਿਗਰਾਨੀ ਅਤੇ ਨਿਵਾਰਨ ਦੇ ਲਈ 3 ਮੈਂਬਰ ਦੀ ਕਮੇਟੀ ਸੈੱਟ ਕੀਤੀ ਹੈ। ਨਾਰਥ ਈਸਟ ਦੇ ਰਹਿਣ ਵਾਲੇ ਕਿਸੇ ਵੀ ਆਦਮੀ ਜਾਂ ਕਮਿਊਨਿਟੀਜ਼ ਜੋ ਕਥਿਤ ਭੇਦਭਾਵ ਦੇ ਪੀੜਿਤ ਹੋਣ ਦਾ ਦਾਅਵਾ ਕਰਦੇ ਹਨ, ਉਹ ਸਰਕਾਰ ਦੀ ਵੈਬਸਾਈਟ ਤੇ ਸ਼ਿਕਾਇਤ ਦਰਜ ਕਰਾ ਸਕਦੇ ਹਨ। ਸੈਂਟਰ ਨੇ ਸੋਸ਼ਲ ਮੀਡੀਆ ਜੁਆਇੰਟ ਫੇਸਬੁੱਕ ਤੋਂ 20 ਜੂਨ ਤੱਕ ਸਪਸ਼ਟ ਸਹਿਮਤੀ ਦੇ ਬਿਨਾਂ ਯੂਜ਼ਰਸ ਦੇ ਡੇਟਾ ਸ਼ੇਅਰ ਕਰਨ ਬਾਰੇ ਵਿੱਚ ਮੀਡੀਆ ਰਿਪੋਰਟਸ ਦਾ ਜਵਾਬ ਦੇਣ ਦੇ ਲਈ ਕਿਹਾ ਹੈ। ਭਾਰਤ ਸਰਕਾਰ ਨੇ ਫੇਸਬੁੱਕ ਦੀ ਪਾਲਿਸੀਜ਼ ਵਿੱਚ ਇਸ ਤਰ੍ਹਾਂ ਦੀ ਲੈਪਸਿਸ ਅਤੇ ਉਲੰਘਣ ਦੀ ਰਿਪੋਰਟ ਦੇ ਬਾਰੇ ਵਿੱਚ ਗਹਿਰੀ ਚਿੰਤਾ ਦੱਸੀ ਹੈ।
इंडियन रेलवे ने ज्यादा समान ले जाने के लिए निर्धारित राशि के 6 गुना तक यात्रियों को दंडित करने के लिए 3 डिकेड पुराने नियम को लागू करने का फैसला छोड़ दिया है। रेलवे ने हुन दावा किया है कि यात्रियों के बीच जागरूकता पैदा करने के लिए कदम उठाया गया है। पिछले महीने अफगानिस्तान में बंदूक रखने वाले वालों अपहरण किए गए 6 इंडियंस को रिहा करने के लिए सेंटर ने टॉप प्रायोरिटी दी है। सरकार इस मामले में शामिल सारे स्टेक होल्डर्स के संपर्क में है। एक्सटर्नल अफेयर्स मिनिस्टर सुषमा स्वराज अपहरण किए गए इंडियंस के परिवार के मैंबर्स से मिलने की संभावना है। साबका प्रेजिडेंट प्रणब मुखर्जी ने नागपुर में वैलीडिक्टरी कैंप में RSS वर्करस को एड्रेस किया है। साबका प्रेजिडेंट ने चेतावनी दी है कि धर्म डॉगमा या इंटॉलरेंस के माध्यम तो भारत को समझाने की कोई भी कोशिश सिर्फ देश के अस्तित्व को कट करेगी। कई कांग्रेस लीडर्स ने घटना में भाग लेने के लिए उन्होंने अचानक अस्वीकार कर दिया। नौजवान भारतीय एंटरप्रेनर्स के एक समूह ने एक पैनन के लिए स्मार्ट डिवाइस डेवलप करने के लिए लाखों डॉलर का पुरस्कार जीता है, जो औरतों को धमकी देने दे, एमरजेंसी अलर्ट भेजने के लिए इस्तेमाल कर सकते हैं। न्यू दिल्ली आधारित स्टार्टअप 2012 निर्भया गैंग रेप के मामले के बाद औरतों की सुरक्षा के लिए समाधान खोजने के लिए प्रेरित थी। सेंट्रल सरकार ने बहुत एजेंसीज के नाल कोऑर्डिनेट करन अते साइबर अपराधा तो औरतां अते बच्चों को पूरी सुरक्षा सुनिश्चित कराने दे लई इंटरनेशनल अलायंस की कोशिशों का समर्थन करने का फैसला लिता है। औरतां अते चाइल्ड डेवलपमेंट मिनिस्टर मेनका गांधी ने साइबर क्राइम की बढ़ती शिकायतों के विच 3 महीने के अंदर काम पूरा करने का फैसला किया है। रजनीकांत स्टारर काला भारत में 2500 स्क्रीन में रिलीज की गई। राज्य में प्रो कैनेडा समूह वालों वैंडलिज्म की रिपोर्ट के दौरान कर्नाटका में फिल्म की जांच नहीं की गई थी। फिल्म को कावेरी वाटर के मुद्दे से रजनीकांत के कथित कमेंट्स से कर्नाटका में विरोध प्रदर्शन का सामना करना पै रहा है। इंडिया की वीमेन क्रिकेटर मिथाली राज T20 इंटरनेशनल क्रिकेट में 2000 रन बनाने वाली पहली इंडियन बन गई हैं, जिन्होंने विराट कोहली पिछे छोड़ दिया है। मिथाली ने 14 हाफ सेंचुरीज की मदद तो 74 T20s में 2015 रन बनाए हैं। मिथाली ने हाल ही 194 ODIs खेले हैं। औरतों की क्रिकेट में सब तो ज्यादा ODI अपीयरेंस का रिकॉर्ड तोड़ दिया है। साढ़े नाल जुड़े रहो दोस्तों, असं UK दी महत्वपूर्ण खबरों के नाल चल वापस आवेंगे। इंडियन टाइम्स Daily.com से तुहाडा सारयां दा फिर तो स्वागत है। UK दीआं 10 मुख खबरां हन। PM थेरेसा मे ने आयरलैंड सीमा के मुद्दे से उन्हां दी सरकार दे सीनियर मैंबर्स दे नाल समझौता किया है। UK EU छड्डन दे बाद नॉर्दर्न आयरलैंड विच कठोर सीमा तो बचन दे मे दे प्रस्ताव दे विरोध विच समझौता होया सी। एक 42 साल दे आदमी नू लीड्स विच एक मस्जिद ते एक गुरुद्वारे ते अग लगाउण दे संदेह च गिरफ्तार किया गया है। हार्डी स्ट्रीट विच मस्जिद अते लेडी पिट लेन विच गुरुद्वारे दे सामने वाले दरवाजे नू हाल ही विच अग लगा दित्ती गई सी। पुलिस इस घटना दी हेट क्राइम दे रूप विच जांच कर रही है। ब्रिटेन दे सुप्रीम कोर्ट ने नॉर्थ आयरलैंड दे अबॉर्शन कानून ते अपील नू डिस्पोज किया है। अदालत ने दावा किया है कि नॉर्दर्न आयरलैंड दा सख्त अबॉर्शन कानून ह्यूमन राइट्स दे नाल इनकंपैटिबल सी। हालांकि अदालत विच फॉर्मल फैसला लेने की शक्ति नहीं है कि कानून बदला जाना चाहिए है। 2021 की एक्सपेक्टेड एंड डेट के बाद ब्रेक्सिट पब्लिश होने के बाद EU के नाल व्यापार के लिए UK की प्रपोज बैकस्टॉप योजना शामिल की गई थी। इस फैसले के बाद PM थेरेसा मे और ब्रेक्सिट सैक्रेटरी डेविड डेविस के बीच बैठक हुई, जिन्होंने कट ऑफ तारीख को शामिल किया। PM थेरेसा मे ने अपने इजरायली काउंटरपार्ट बेंजामिन नेतन्याहू ने दसिया है कि UK गाजा में हुए हाल ही के विरोधों के दौरान पैलेस्टीनियन जीवन के नुकसान के बारे में चिंतित है। हालांकि दावा किया जा सकता है कि UK पूरी तरह तो इजरायल के बचाव का अधिकार पहचानता है। गाजा में विरोध करते समय हाल ही में कुछ 100 पैलेस्टीनियंस मारे गए थे। ब्रेक्सिट सैक्रेटरी डेविड डेविस ने गैलीलियो सैटेलाइट नेविगेशन सिस्टम तो UK नू बाहर करने के अपने फैसले से EU विच प्रवेश किया है। डेविस ने दावा किया है कि गैलीलियो प्रोजेक्ट तो UK नू फेंकन तो ये 3 साल तक देरी होगी और EU का 1 बिलियन पाउंड तो ज्यादा खर्चा होगा। लीजन कमेटी ने हाल ही में सुझाव दिया है कि बहुत औरतों नू बहुत विचारों नू सुनने के लिए कमेटीज दे सिलेक्शन करने के लिए एविडेंस होना चाहिए है। कमेटी वालों इकट्ठे किए गए आंकड़े तो पता चलता है कि पिछले साल के दौरान सिर्फ 33% गवाह औरतें हैं। मेट्रोपॉलिटन पुलिस ग्रैनफेल टावर विच पिछले साल की अग के दौरान लंडन फायर ब्रिगेड के रहन की नीति के इस्तेमाल की जांच कर रही है। निवासियों नू अग के शुरुआती चरण में अपने फ्लैट्स विच रहन के लिए किया गया सी, जो अग के दौरान डैमेज बढ़ सकता सी। पिछले साल ट्रैजिक घटना विच 70 लोगों की मौत हो गई सी। पिछले साल व्हाइट हॉल विच 3 चाकू के नाल गिरफ्तार किए गए खालिद अली ने पुलिस नू दस्या है कि वह UK के हरारकी नू संदेश भेजन दे लई उत्थे सी। अली ने दावा किया है कि वह किसी नू भी मारन का इरादा नहीं रखता सी अते चाकू अपनी सुरक्षा दे लई रखिया सी। साबका लेबर PM हेरोल्ड विल्सन की विधवा मैरी विल्सन की मौत 102 साल की उम्र में हुई।
लेबर लीडर जर्मी कॉर्बिन ने उन्हें श्रद्धांजलि अर्पित की उन्होंने हेरोल के आम चुनाव जीतने भारी समर्थन दिता। विल्सन 1964 तो 1970 तक यूके के पीएमसी और फिर 1974 तो 1976 तक से। इसी के साथ सारा न्यूज़ बुलेटिन हम समाप्त होता है, पर तुम इंडियन टाइम्स डेली से लॉग इन रहो क्योंकि अगे असं लैके आ रहे हैं बॉलीवुड दबर। इस अलावा हम इस पोर्टल तुम अकाउंटिंग फॉर्म से लैके वैडिंग प्लानर तक के सारे यूके बिजनेस रिसोर्स लभ सकते हैं। इंडियन टाइम्स डेली असं सारे चाहते हैं कि अज का दिन शुभ और खुशगवार गुजरे। Actor Kartikarin, who is riding high after the success of his last film Sonu Kitty to his sweetie, says there is nothing wrong between him and his mentor and director Love Ranjan. Kartik was interacting with the media at the GQ 100 Best Dressed Awards 2018 here in Mumbai on Saturday. On the buzz around a fallout between the two due to monetary issues, Kartik said, "Mera aur Love sir ka aaj tak discussion nahi hua hai paison ko lekar, so I don't know ye kahan se kya aa raha hai." एंड मतलब हम दोनों ने करियर साथ में शुरू किया है तो पैसों का कभी भी डिस्कशन हुआ नहीं, और आगे भी फ्यूचर प्रोजेक्ट भी जो हम लोग करेंगे उसमें कभी नहीं होगा। विच वन? मैं कुछ कमेंट नहीं करना चाहूँगा अभी किसी बारे में, बट ये सब स्पेक्यूलेशन है, सारी बातें पता नहीं कहाँ से आ रही हैं। But there is nothing wrong between me and Love sir, and I think hum jaise pehle the waise abhi bhi hai. Kartik was happy to attend the event as being on the GQ Best Dressed list had been his childhood dream. He came despite a ligament injury. Superstar Shah Rukh Khan, who is a father of three, Aryan, Suhana and Abram, says children should hear their own music and believe in their own dreams. Abram turned 5 on Sunday and Shah Rukh tweeted a photograph of his youngest son, whom he calls his sunshine. "My sunshine turns 5 years today, but he thinks he's 9. Please do not tell him otherwise if you meet him. Children should hear their own music, sing their own songs and believe in their own little dreams. And yeah, hug their papa a lot," Shah Rukh wrote alongside the image. Mom Gauri Khan also shared some pictures and just wrote, "Happy birthday, my gorgeous." Shah Rukh married Gauri in October 1991. They have a son Aryan and daughter Suhana. In 2013, they became parents of their third child Abram, who was born through surrogacy. On the acting front, Shah Rukh will next be seen in Anand L. Rai's upcoming film Zero, along with Anushka Sharma and Katrina Kaif.